ਸੋ ਇਹ ਆਪਾਂ ਸੱਚੇ ਹਾਂ, ਇਸ ਕਰਕੇ ਲੋਕ ਆਪਣੇ ਨਾਲ ਨੇ ਕਿ ਯਾਰ ਇਹ ਬੰਦੇ ਚੰਗੇ ਨੇ, ਇਹ ਬੰਦੇ ਆਪਣੇ ਵਰਗੇ ਨੇ। ਹਾਂ ਯਾਰ ਲੱਗੇ ਤਾਂ ਹੋਏ ਨੇ, ਕਰੀ ਜਾਂਦੇ ਆ ਦਿਲੋਂ, ਇਹ ਪੰਜਾਬ ਵਾਸਤੇ ਸੋਚਦੇ ਆ। ਇਹ ਕੋਈ ਇਹਨਾਂ ਦੇ ਕੋਈ ਘਪਲਾ ਨਹੀਂ ਨਿਕਲਿਆ 2 ਸਾਲਾਂ 'ਚ, ਨਹੀਂ 2 ਸਾਲਾਂ 'ਚ ਤਾਂ ਮਾਂ ਦੇ ਪੁੱਤ ਨੇਰੀਆਂ ਲਿਆਉਂਦੇ ਸੀ, ਇਹ 2 ਸਾਲਾਂ 'ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ, ਅਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦੇ, ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦੇ ਹਾਂ ਪੰਜਾਬ ਦੇ ਵਾਸਤੇ। ਮੇਰਾ ਕੋਈ ਬੱਸਾਂ 'ਚ ਹਿੱਸਾ ਨਹੀਂ, ਮੇਰਾ ਕਿਸੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਨਹੀਂ, ਮੇਰਾ ਕਿਸੇ ਢਾਬਿਆਂ 'ਚ ਹਿੱਸਾ ਨਹੀਂ। ਹਾਂ ਮੇਰਾ ਹਿੱਸਾ ਹੈ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਮੇਰਾ ਜ਼ਰੂਰ ਹਿੱਸਾ, ਉਹ ਮੈਂ ਰੱਖੂੰਗਾ। ਜਿੱਥੇ ਵੀ ਕੋਈ ਸੰਕਟ ਆਊਗਾ, ਦੁੱਖ ਆਊਗਾ, ਮੈਂ ਜਾਊਂਗਾ। ਜਦੋਂ ਖੁਸ਼ੀ ਆਊਗੀ ਮੈਂ ਜਾਊਂਗਾ। ਸਾਡੇ ਸਾਰੇ ਕੈਂਡੀਡੇਟ ਸਾਹਿਬਾਨ ਬੈਠੇ ਨੇ ਜਿਨ੍ਹਾਂ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਜਿਹਨੂੰ ਲੋਕ ਸਭਾ ਕਿਹਾ ਜਾਂਦਾ ਉਹਦੇ ਮੈਂਬਰ ਬਣਨਾ। 4 ਜੂਨ ਨੂੰ ਰਿਜ਼ਲਟ ਆਉਣਾ। 2 ਸਾਡੇ ਜਿਹੜੇ ਉਮੀਦਵਾਰ ਨੇ, ਮੀਤ ਹੇਅਰ ਜਿਹੜੇ ਸੰਗਰੂਰ ਤੋਂ ਅਤੇ ਲਾਲਜੀਤ ਭੁੱਲਰ ਜਿਹੜੇ ਖਡੂਰ ਸਾਹਿਬ ਤੋਂ, ਅੱਜ ਉਹਨਾਂ ਦੀ ਕੋਰਟ ਦੇ ਵਿੱਚ ਇੱਕ ਪੇਸ਼ੀ ਸੀ, ਕੋਈ ਪੁਰਾਣਾ ਕੇਸ ਚੱਲਦਾ ਤਰਨ ਤਾਰਨ ਵੱਲ, ਸੋ ਨਹੀਂ ਆ ਸਕੇ। ਸੋ ਸਾਡੇ 13 ਦੇ 13 ਜਿਹੜੇ ਕੈਂਡੀਡੇਟ ਨੇ ਉਹ ਤੁਹਾਡੇ ਸਾਹਮਣੇ ਨੇ। ਅਸੀਂ ਅੱਜ ਇਹ ਵਿਲੱਖਣ ਕਿਸਮ ਦਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਕਿ ਤੁਹਾਡੀ ਜਾਣ ਪਹਿਚਾਣ ਹੋ ਜਾਏ। ਮੈਂ ਸਾਰਿਆਂ ਨੂੰ ਜਿੰਨੇ ਵੀ ਪੱਤਰਕਾਰ ਸਾਹਿਬਾਨ ਆਏ ਨੇ, ਸਾਡੇ ਵਲੰਟੀਅਰ ਸਾਹਿਬਾਨ, ਵਰਕਰ ਸਾਹਿਬਾਨ, ਲੀਡਰ ਸਾਹਿਬਾਨ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ, ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ। ਅਸੀਂ ਤਾਂ ਅੱਜ ਇੱਕ ਆਪਸ 'ਚ ਇੱਕ ਦੂਜੇ ਨਾਲ ਇੰਟਰੋਡਕਸ਼ਨ ਹੈ ਕਿ ਤੁਸੀਂ ਇੱਕ ਦੂਜੇ ਨੂੰ ਮਿਲ ਲਓ। ਪੱਤਰਕਾਰ ਸਾਹਿਬਾਨ ਕੱਲ੍ਹ ਨੂੰ ਇਹਨਾਂ ਦੀ ਇੰਟਰਵਿਊ ਕਰਨ ਜਾਣਗੇ, ਕਦ ਕਿਸੇ ਦੀ ਗੱਡੀ 'ਚ ਇੰਟਰਵਿਊ ਹੋਊਗੀ, ਕਿਸੇ ਦੀ ਰੈਲੀ 'ਚ ਹੋਊਗੀ, ਕਿਸੇ ਦੀ ਢਾਬੇ 'ਤੇ ਇੰਟਰਵਿਊ ਹੋਊਗੀ, ਕਿਸੇ ਦੀ ਮੋਟਰਸਾਈਕਲ 'ਤੇ ਹੋਊਗੀ, ਤਾਂ ਕਿ ਇਹਨਾਂ ਦਾ ਜਿਹੜਾ ਆਪਣਾ ਬੈਕਗਰਾਊਂਡ ਹੈ ਉਹ ਵੀ ਸਾਰਾ ਤੁਸੀਂ ਜਾਣ ਸਕੋ। ਸੋ ਇਸ ਵਿਲੱਖਣ ਕਿਸਮ ਦੇ ਪ੍ਰੋਗਰਾਮ ਲਈ ਸਭ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਇੱਕ ਵਾਰੀ ਤਾੜੀਆਂ ਮੈਂ ਉਹਨਾਂ ਦੇ ਨਾਂ 'ਤੇ ਵੀ ਚਾਹੂੰਗਾ।